ਪਿਆਰੀ ਸਤਿ ਸ਼੍ਰੀ ਅਕਾਲ, ਮੈਂ ਪੂਜਾ ਸਿੰਗਲ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਕੁਝ ਇਹੋ ਜਿਹੇ ਪ੍ਰਸ਼ਨ ਕਰਾਂਗੇ ਜੋ ਐਗਜ਼ਾਮ ਲੈਵਲ ਦੇ ਹੋਣਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਗੁਰੂ ਅਮਰਦਾਸ ਜੀ ਦੇ ਮਾਤਾ ਅਤੇ ਪਿਤਾ ਦਾ ਨਾਂ ਕੀ ਸੀ? ਗੁਰੂ ਅਮਰਦਾਸ ਜੀ ਦੇ ਮਾਤਾ ਅਤੇ ਪਿਤਾ ਦਾ ਨਾਂ ਕੀ ਸੀ? ਦੇਖੋ ਆਪਸ਼ਨ ਦੇਖੋ, ਤੇਜਭਾਨ ਅਤੇ ਲੱਖੋ, ਫੇਰੂਮਾਲ ਅਤੇ ਲਖਮੀ, ਰਾਮਚੰਦਰ ਅਤੇ ਸੁਲੱਖਣੀ, ਇਹਨਾਂ 'ਚੋਂ ਕੋਈ ਵੀ ਨਹੀਂ। ਦੇਖੋ ਆਪਾਂ ਕੀ ਹੈ ਜਿਹੜਾ ਬੁੱਕ ਦੇ ਅਕੋਰਡਿੰਗ ਹੈ, ਵੈਸੇ ਬਹੁਤ ਜਗ੍ਹਾ 'ਤੇ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਨਾਮ ਕੀ ਲਿਖਿਆ ਹੋਇਆ? ਲੱਖੋ, ਲਕਸ਼ਮੀ ਲਿਖਿਆ ਹੋਇਆ ਸੋਰੀ, ਅਤੇ ਪਰ ਜਿਹੜੀ PSEB ਦੀ ਬੋਰਡ ਦੀ ਬੁੱਕ ਹੈ ਉਹਦੇ ਉੱਤੇ ਲੱਖੋ ਲਿਖਿਆ ਹੋਇਆ। ਤਾਂ ਸੋ ਆਪਾਂ ਰਾਈਟ ਆਪਸ਼ਨ ਕੀ ਕਰਾਂਗੇ? ਤੇਜਭਾਨ ਅਤੇ ਲੱਖੋ, ਰਾਈਟ ਆਪਸ਼ਨ ਕੀ? ਤੇਜਭਾਨ ਅਤੇ ਲੱਖੋ। ਨੈਕਸਟ ਕੁਸ਼ਚਨ ਦੇਖੋ, ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ? ਕਹਿੰਦੇ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ? ਦੇਖੋ ਆਪਸ਼ਨ ਹੈ, ਆਪਸ਼ਨ ਨਾਲ ਜਾਓ ਤੁਸੀਂ। ਤਾਂ ਆਪਣੀ ਰਾਈਟ ਆਪਸ਼ਨ ਕੀ ਹੈ? ਕਦੋਂ ਹੋਇਆ ਸੀ? 1479 'ਚ। ਕਦੋਂ ਹੋਇਆ ਸੀ? 1479 'ਚ। ਨੈਕਸਟ ਕੁਸ਼ਚਨ ਦੇਖੋ, ਗੁਰੂ ਅਮਰਦਾਸ ਜੀ ਦੀ ਸੰਤਾਨ, ਦੇਖੋ ਆਪਸ਼ਨ ਹੈ ਦੋ ਪੁੱਤਰ, ਤਿੰਨ ਪੁੱਤਰੀਆਂ, ਇੱਕ ਪੁੱਤਰ, ਤਿੰਨ ਪੁੱਤਰੀਆਂ। ਤਾਂ ਰਾਈਟ ਆਪਸ਼ਨ ਕੀ ਹੈ? ਦੋ ਪੁੱਤਰ ਸੀ, ਦੋ ਪੁੱਤਰੀਆਂ ਸੀਗੀਆਂ, ਠੀਕ ਹੈ, ਰਾਈਟ ਆਪਸ਼ਨ ਇਹੀ ਹੈ। ਅੱਗੇ ਦੇਖੋ, ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ? ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ? 1552 ਦੇ ਵਿੱਚ। ਕਦੋਂ ਹੋਈ? 1552 ਦੀ। ਨੈਕਸਟ ਕੁਸ਼ਚਨ ਦੇਖੋ, ਗੁਰੂ ਅਮਰਦਾਸ ਜੀ ਨੇ ਕਿਸ ਦਾ ਨਿਰਮਾਣ ਕਰਵਾਇਆ? ਦੇਖੋ ਆਪਸ਼ਨ ਹੈ ਰਾਮਦਾਸਪੁਰਾ, ਹਰਿਮੰਦਰ ਸਾਹਿਬ, ਬੌਲੀ, ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? ਬੌਲੀ ਦਾ ਨਿਰਮਾਣ ਕਰਵਾਇਆ ਸੀ। ਕੀ ਕਰਵਾਇਆ ਸੀ? ਬੌਲੀ ਦਾ ਨਿਰਮਾਣ ਕਰਵਾਇਆ ਸੀ, ਅਤੇ ਕਿੱਥੇ ਕਰਵਾਇਆ ਸੀ? ਗੋਇੰਦਵਾਲ ਦੇ ਵਿੱਚ। ਗੁਰੂ ਰਾਮਦਾਸ ਜੀ ਨੇ ਬੌਲੀ ਦਾ ਨਿਰਮਾਣ ਕਿਸ ਸਥਾਨ 'ਤੇ ਕਰਵਾਇਆ ਸੀ? ਦੇਖੋ ਰਾਈਟ ਆਪਸ਼ਨ ਕੀ ਹੈ? ਰਾਮਦਾਸਪੁਰਾ, ਇਹਨਾਂ 'ਚੋਂ ਰਾਈਟ ਆਪਸ਼ਨ ਲੱਭਣੀ ਹੈ, ਰਾਮਦਾਸਪੁਰਾ ਜਾਂ ਗੋਇੰਦਵਾਲ, ਅੰਮ੍ਰਿਤਸਰ, ਜਾਂ ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? ਗੋਇੰਦਵਾਲ ਦੇ ਵਿੱਚ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਅੱਗੇ ਦੇਖੋ, ਗੁਰੂ ਅਮਰਦਾਸ ਜੀ ਨੇ ਕਿਸ ਦਾ ਵਿਸਤਾਰ ਕੀਤਾ ਸੀ? ਮਤਲਬ ਕਿਸ ਚੀਜ਼ ਦਾ ਵਿਸਤਾਰ ਕੀਤਾ ਸੀ? ਆਪਸ਼ਨ ਹੈ ਸਤੀ ਪ੍ਰਥਾ, ਛੂਤਛਾਤ, ਲੰਗਰ ਪ੍ਰਥਾ, ਜਾਂ ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਗੁਰੂ ਅਮਰਦਾਸ ਜੀ ਨੇ ਕਿਸ ਚੀਜ਼ ਦਾ ਵਿਸਤਾਰ ਕੀਤਾ ਸੀ? ਲੰਗਰ ਪ੍ਰਥਾ ਦਾ। ਉਸ ਤੋਂ ਬਾਅਦ ਕੀ, ਗੁਰੂ ਅਮਰਦਾਸ ਜੀ ਨੇ ਕਿਹੜੀਆਂ ਕਿਹੜੀਆਂ ਕੁਰੀਤੀਆਂ ਦਾ ਸੁਧਾਰ ਕੀਤਾ ਸੀ? ਕੁਰੀਤੀਆਂ ਕੀ ਹੁੰਦੀਆਂ? ਬੁਰਾਈਆਂ। ਬੁਰਾਈਆਂ ਦਾ ਸੁਧਾਰ ਕੀਤਾ ਸੀ ਕਿਹੜੀ ਕਿਹੜੀ ਦਾ? ਜਾਤੀ ਪ੍ਰਥਾ ਦਾ, ਜਾਂ ਪਰਦੇ ਦਾ ਰਿਵਾਜ਼, ਜਾਂ ਸਤੀ ਪ੍ਰਥਾ ਦਾ, ਜਾਂ ਉਪਰੋਕਤ ਸਾਰੀ। ਤਾਂ ਰਾਈਟ ਆਪਸ਼ਨ ਕੀ? ਉਪਰੋਕਤ ਸਾਰੇ। ਗੁਰੂ ਅਮਰਦਾਸ ਜੀ ਨੇ ਜਾਤੀ ਪ੍ਰਥਾ, ਪਰਦੇ ਦਾ ਰਿਵਾਜ਼ ਅਤੇ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ। ਅੱਗੇ ਦੇਖੋ, ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ? ਦੇਖੋ 908, 907, 905, 904। ਤਾਂ ਰਾਈਟ ਆਪਸ਼ਨ ਕੀ? 907। ਰਾਈਟ ਆਪਸ਼ਨ ਕੀ ਹੈ? 907। ਨੈਕਸਟ ਕੁਸ਼ਚਨ ਦੇਖੋ, ਗੁਰੂ ਅਮਰਦਾਸ ਜੀ ਦੀ ਪ੍ਰਮੁੱਖ ਬਾਣੀਆਂ ਕਿਹੜੀਆਂ ਹਨ? ਦੇਖੋ ਆਪਸ਼ਨ ਆਨੰਦ ਸਾਹਿਬ, ਪੱਟੀ, ਏ ਅਤੇ ਬੀ, ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? ਸੀ, ਏ ਅਤੇ ਬੀ। ਆਨੰਦ ਸਾਹਿਬ ਅਤੇ ਪੱਟੀ ਕੀ ਹੈ? ਗੁਰੂ ਸਾਹਿਬ ਜੀ ਦੀਆਂ ਪ੍ਰਮੁੱਖ ਰਚਨਾਵਾਂ ਨੇ। ਗੁਰੂ ਅਮਰਦਾਸ ਜੀ ਨੇ ਕਿੰਨੇ ਸਾਲ ਵਿੱਚ ਬਾਣੀ ਲਿਖੀ? ਤਾਂ ਦੇਖੋ ਆਪਸ਼ਨ ਕੀ? 75, 78, 73, 55। ਤਾਂ ਰਾਈਟ ਆਪਸ਼ਨ ਕੀ ਹੈ? 73। ਰਾਈਟ ਆਪਸ਼ਨ ਕੀ ਹੈ? 73। ਅੱਗੇ ਦੇਖੋ, ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ? ਕਹਿੰਦੇ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ? ਦੇਖੋ ਆਪਸ਼ਨ ਦੇਖੋ, 5, 4, 3, 9। ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ? 4 ਵਾਰਾਂ ਦੀ ਰਚਨਾ ਕੀਤੀ। ਅਤੇ 4 ਕਿਹੜੇ ਕਿਹੜੀਆਂ ਨੇ? ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ? ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ ਰਾਗ। ਕਿਹੜੀ ਕਿਹੜੀ? ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ। ਨੈਕਸਟ ਕੁਸ਼ਚਨ 'ਤੇ ਮੂਵ ਕਰੋ। ਨੈਕਸਟ ਕੁਸ਼ਚਨ ਕਿ, ਗੁਰੂ ਅਮਰਦਾਸ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ? ਦੇਖੋ ਆਪਸ਼ਨ ਹੈ ਸਤਵਾਰੇ, ਇੱਥੇ ਗਲਤ ਪੈ ਗਿਆ, ਸਤਵਾਰੇ ਹੈ, ਆਨੰਦ ਸਾਹਿਬ, ਜਪਜੀ ਸਾਹਿਬ, ਜਾਂ ਪੱਟੀ। ਤਾਂ ਇਹਦੀ ਰਾਈਟ ਆਪਸ਼ਨ ਕੀ ਹੈ? ਆਨੰਦ ਸਾਹਿਬ ਕੀ ਹੈ? ਸ਼ਾਹਕਾਰ ਰਚਨਾ ਗੁਰੂ ਅਮਰਦਾਸ ਜੀ ਦੀ, ਠੀਕ ਹੈ। ਅੱਗੇ ਦੇਖੋ, ਨੈਕਸਟ ਕੁਸ਼ਚਨ, ਆਨੰਦ ਸਾਹਿਬ ਬਾਣੀ ਕਿਸ ਰਾਗ ਵਿੱਚ ਹੈ? ਆਨੰਦ ਸਾਹਿਬ ਬਾਣੀ ਕਿਸ ਰਾਗ ਵਿੱਚ ਹੈ? ਆਪਸ਼ਨ ਹੈ ਗੌੜੀ, ਸੂਹੀ, ਰਾਮਕਲੀ, ਜੈ ਜੈਵੰਤੀ। ਤਾਂ ਰਾਈਟ ਆਪਸ਼ਨ ਕੀ ਹੈ?
ਗੁਰੂ ਅਮਰਦਾਸ ਜੀ ਦੀ ਜਿਹੜੀ ਆਨੰਦ ਸਾਹਿਬ ਬਾਣੀ ਆ ਉਹ ਰਾਮਕਲੀ ਰਾਗ ਵਿੱਚ ਹੈ। ਕਿਹੜੇ ਰਾਗ ਵਿੱਚ ਹੈ? ਰਾਮਕਲੀ ਰਾਗ 'ਚ। ਨੈਕਸਟ ਕੁਸ਼ਚਨ 'ਤੇ ਮੂਵ ਕਰੋ। ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ? ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ? ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਆ ਉਹਦੇ ਵਿੱਚ ਕਿੰਨੇ 31 ਰਾਗ ਅਤੇ ਉਹਨਾਂ ਵਿੱਚੋਂ ਇਹਨਾਂ ਨੇ ਕਿੰਨੇ ਵਿੱਚ ਰਚੀ ਹੈ? 17 ਰਾਗਾਂ ਦੇ ਵਿੱਚ। ਕਿੰਨੇ 'ਚ? 17 ਰਾਗਾਂ ਦੇ ਵਿੱਚ। ਅੱਗੇ ਆਨੰਦ ਸਾਹਿਬ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ? ਆਨੰਦ ਸਾਹਿਬ ਬਾਣੀ ਦੀਆਂ ਕਿੰਨੀਆਂ ਪੌੜੀਆਂ? ਆਪਸ਼ਨ ਹੈ 35, 40, 45, 50। ਤਾਂ ਇਹਨਾਂ ਨੇ ਕਿੰਨੀਆਂ ਪੌੜੀਆਂ 'ਚ ਬਾਣੀ ਰਚੀ ਹੈ? 40। ਕਿੰਨੀਆਂ ਪੌੜੀਆਂ? 40। ਅੱਗੇ ਦੇਖੋ, ਗੁਰੂ ਅਮਰਦਾਸ ਜੀ ਨੇ ਕਿਹੜੀ ਪ੍ਰਥਾ ਚਲਾਈ? ਆਪਸ਼ਨ ਦਿੱਤੀ ਹੋਈ ਸਤੀ ਪ੍ਰਥਾ, ਜਾਤੀ ਪ੍ਰਥਾ, ਮੰਜੀ ਪ੍ਰਥਾ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਆ ਜਾਏਗੀ? ਮੰਜੀ ਪ੍ਰਥਾ ਚਲਾਈ ਸੀ ਇਹਨਾਂ ਨੇ। ਅੱਗੇ ਦੇਖੋ, ਮੰਜੀ ਪ੍ਰਥਾ ਦਾ ਮੁੱਖ ਉਦੇਸ਼ ਕੀ ਸੀ? ਮਤਲਬ ਜੇ ਮੰਜੀ ਪ੍ਰਥਾ ਬਣਾਈ ਸੀ ਤਾਂ ਉਹਦਾ ਉਦੇਸ਼ ਕੀ ਸੀ? ਆਪਸ਼ਨ ਹੈ ਲੰਗਰ ਪ੍ਰਥਾ ਦਾ ਵਿਸਤਾਰ ਕਰਨਾ, ਧਨ ਇਕੱਠਾ ਕਰਨਾ, ਸਿੱਖ ਪ੍ਰਚਾਰ ਕਰਨਾ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? ਸਿੱਖ ਧਰਮ ਦਾ ਪ੍ਰਚਾਰ ਕਰਨਾ ਮੰਜੀ ਪ੍ਰਥਾ ਦਾ ਮੁੱਖ ਉਦੇਸ਼ ਸੀ। ਨੈਕਸਟ ਕੁਸ਼ਚਨ ਹੈ, ਕੜਾਹ ਪ੍ਰਸ਼ਾਦ ਦੀ ਰਸਮ ਕਿਸ ਨੇ ਸ਼ੁਰੂ ਕੀਤੀ? ਤਾਂ ਆਪਸ਼ਨ ਕੀ ਹੈ? ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਗੋਬਿੰਦ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ। ਤਾਂ ਰਾਈਟ ਆਪਸ਼ਨ ਕੀ ਹੈ? ਗੁਰੂ ਅਮਰਦਾਸ ਜੀ ਨੇ ਕੜਾਹ ਪ੍ਰਸ਼ਾਦ ਦੀ ਰਸਮ ਸ਼ੁਰੂ ਕੀਤੀ ਸੀ। ਨੈਕਸਟ ਕੁਸ਼ਚਨ ਹੈ, ਗੁਰੂ ਅਮਰਦਾਸ ਜੀ ਦੇ ਰਚੇ ਸਤਵਾਰੇ ਦਾ ਪਹਿਲਾ ਦਿਨ ਕਿਹੜਾ ਹੈ? ਆਪਸ਼ਨ ਹੈ ਸ਼ਨੀਵਾਰ, ਮੰਗਲਵਾਰ, ਐਤਵਾਰ, ਸੋਮਵਾਰ। ਤਾਂ ਰਾਈਟ ਆਪਸ਼ਨ ਕੀ ਹੈ? ਐਤਵਾਰ। ਸਤਵਾਰੇ ਦਾ ਪਹਿਲਾ ਦਿਨ ਕਿਹੜਾ? ਐਤਵਾਰ। ਨੈਕਸਟ ਕੁਸ਼ਚਨ ਦੇਖੋ, ਗੁਰੂ ਅਮਰਦਾਸ ਜੀ ਦੀ ਪੱਟੀ ਬਾਣੀ ਦਾ ਪਹਿਲਾ ਅੱਖਰ ਕਿਹੜਾ? ਗੁਰੂ ਅਮਰਦਾਸ ਜੀ ਦੀ ਜਿਹੜੀ ਬਾਣੀ ਹੈ, ਜਿਹੜੀ ਪੱਟੀ ਬਾਣੀ ਹੈ, ਉਹਦਾ ਪਹਿਲਾ ਅੱਖਰ ਕਿਹੜਾ ਗਾ? ਤਾਂ ਰਾਈਟ ਆਪਸ਼ਨ ਕੀ ਹੋਏਗੀ? ਦੇਖੋ, ਆਪਸ਼ਨ ਕੀ ਹੈ? ਐੜਾ, ਸੱਸਾ, ਕੱਕਾ, ਮੰਮਾ। ਤਾਂ ਰਾਈਟ ਆਪਸ਼ਨ ਕੀ ਹੋਏਗੀ ਆਪਣੀ? ਧਿਆਨ ਨਾਲ ਆਨਸਰ ਟੇਕ ਕਰਨਾ, ਇੱਦਾਂ ਨਹੀਂ ਲਗਾ ਦੇਣਾ ਆਨਸਰ। ਤਾਂ ਰਾਈਟ ਆਪਸ਼ਨ ਕੀ ਹੋਏਗੀ? ਆੜਾ। ਰਾਈਟ ਆਪਸ਼ਨ ਕੀ ਹੈ? ਆੜਾ। ਅਤੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਪੱਟੀ ਬਾਣੀ ਦਾ ਪਹਿਲਾ ਅੱਖਰ ਕੀ ਹੈ? ਸੱਸੇ ਪੈਰ ਬਿੰਦੀ, ਸ਼ਸ਼ਾ। ਗੁਰੂ ਅਮਰਦਾਸ ਜੀ ਦੀ ਪੱਟੀ ਬਾਣੀ ਕਿਸ ਰਾਗ ਦੇ ਵਿੱਚ ਹੈ? ਆਪਸ਼ਨ ਕੀ ਹੈ? ਰਾਮਕਲੀ, ਗੁਜਰੀ, ਆਸਾ, ਸੂਹੀ। ਤਾਂ ਰਾਈਟ ਆਪਸ਼ਨ ਕੀ? ਆਸਾ। ਰਾਮ ਜਿਹੜੀ ਪੱਟੀ ਬਾਣੀ ਹੈ, ਆਸਾ ਰਾਗ ਦੇ ਵਿੱਚ ਹੈ। ਅੱਗੇ ਦੇਖੋ, ਪੱਟੀ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ? ਪੱਟੀ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ? ਆਪਸ਼ਨ ਹੈ 17, 18, 19, 20। ਤਾਂ ਰਾਈਟ ਆਪਸ਼ਨ ਕੀ ਹੈ? 18। ਰਾਈਟ ਆਪਸ਼ਨ ਕੀ ਹੈ? 18। ਨੈਕਸਟ ਕੁਸ਼ਚਨ 'ਤੇ ਮੂਵ ਕਰੋ। ਆਨੰਦ ਸਾਹਿਬ ਬਾਣੀ ਦਾ ਨਾਂ ਕਿਸ ਦੇ ਨਾਂ 'ਤੇ ਰੱਖਿਆ ਸੀ? ਦੇਖੋ, ਆਪਸ਼ਨ ਕੇ ਦੋਤੇ ਦੇ ਨਾਂ 'ਤੇ, ਪੋਤੇ ਦੇ ਨਾਂ 'ਤੇ, ਪੁੱਤਰ ਦੇ ਨਾਂ 'ਤੇ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? ਪੋਤੇ ਦੇ ਨਾਂ 'ਤੇ ਰੱਖਿਆ ਸੀ। ਕੀ ਰੱਖਿਆ ਸੀ? ਪੋਤੇ ਦੇ ਨਾਂ 'ਤੇ। ਨੈਕਸਟ ਕੁਸ਼ਚਨ, ਆਨੰਦ ਸਾਹਿਬ ਕਿਸ ਸਮੇਂ ਪੜ੍ਹੀ ਜਾਂਦੀ ਹੈ? ਜੀਵਨ ਦੇ ਸ਼ੁਰੂਆਤੀ ਸਮੇਂ ਦੇ ਵਿੱਚ, ਜੀਵਨ ਦੇ ਮੱਧ ਸਮੇਂ ਦੇ ਵਿੱਚ, ਜੀਵਨ ਦੇ ਅੰਤਿਮ ਸਮੇਂ 'ਚ? ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ? ਜਿਹੜੀ ਆਨੰਦ ਸਾਹਿਬ ਬਾਣੀ ਆ, ਜੀਵਨ ਦੇ ਅੰਤਿਮ ਪੜਾਅ ਦੇ ਵਿੱਚ ਪੜ੍ਹੀ ਜਾਂਦੀ, ਅੰਤਿਮ ਸਮੇਂ ਦੇ ਵਿੱਚ ਪੜ੍ਹੀ ਜਾਂਦੀ। ਨੈਕਸਟ ਕੁਸ਼ਚਨ ਕੀ ਹੈ? ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਨੂੰ ਜੱਦੀ ਕਰਨ ਦਾ ਵਚਨ ਕਿਸ ਨੇ ਮੰਗਿਆ? ਆਪਸ਼ਨ ਕੀ ਹੈ? ਬੀਬੀ ਦਾਨੀ ਨੇ, ਬੀਬੀ ਪਾਨੀ ਨੇ, ਬੀਬੀ ਖੀਵੀ ਨੇ, ਅਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਪਸ਼ਨ ਕੀ ਹੈ ਆਪਣੀ? ਬੀਬੀ ਪਾਨੀ। ਰਾਈਟ ਆਪਸ਼ਨ ਕੀ ਹੈ? ਬੀਬੀ ਪਾਨੀ। ਨੈਕਸਟ ਆਪਸ਼ਨ ਦੇਖੋ, ਗੁਰੂ ਅਮਰਦਾਸ ਜੀ ਦਾ ਬਾਣੀ ਦਾ ਵਿਸ਼ਾ ਕੀ ਹੈ? ਸੇਵਾ, ਭਗਤੀ ਭਾਵ, ਨਿਵਾਰਨ, ਉਪਰੋਕਤ ਸਾਰੇ। ਤਾਂ ਰਾਈਟ ਆਪਸ਼ਨ ਕੀ ਹੈ? ਉਪਰੋਕਤ ਸਾਰੇ। ਮੈਂ ਤੁਹਾਨੂੰ ਦੱਸਿਆ ਵੀ ਸੀ ਜੇ ਉਪਰੋਕਤ ਸਾਰੇ ਕਿਤੇ ਆਪਸ਼ਨ ਮਿਲੇ ਤਾਂ 90% ਆਪਣਾ ਆਨਸਰ ਕੀ ਹੁੰਦਾ? ਉਪਰੋਕਤ ਸਾਰੇ ਹੁੰਦਾ। ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਸਮਾਏ? ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਸਮਾਏ? ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ? ਦੇਖੋ, ਆਪਸ਼ਨ ਦੇਖੋ, ਫਿਰ ਆਨਸਰ ਟਿਕ ਕਰਨਾ। ਤਾਂ ਆਪਣੀ ਰਾਈਟ ਆਪਸ਼ਨ ਕੀ ਹੈ? 1574। 1574 ਰਾਈਟ ਆਪਸ਼ਨ ਇਹ ਹੈ। ਜਿਹੜੀ ਅੱਜ ਦੀ ਆਪਣੀ ਕੁਸ਼ਚਨ ਸੀਰੀਜ਼ ਹੈ ਅਤੇ ਖਤਮ ਹੁੰਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਈ ਹੋਣੀ ਹੈ। ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਸ਼ੇਅਰ ਕਰੋ ਅਤੇ ਲਾਈਕ ਕਰੋ। ਧੰਨਵਾਦ।